ਮੇਰਾ ਤਾਂ ਸਾਰਾ ਦਿਨ ਲੀੜੇ ਕੱਪੜਿਆਂ ਦਾ ਕੰਮ ਹੀ ਨਹੀਂ ਮੁੱਕਦਾ ਅਤੇ ਬਾਕੀ ਕੰਮ ਮੈਂ ਕਦੋਂ ਕਰਨੇ ਹੁੰਦੇ ਆ? ਸਾਰਾ ਦਿਨ ਢੇਰ ਲਾਈ ਜਾਂਦੇ ਆ ਗੰਦੇ ਕਰ ਕਰਕੇ। ਆਹ ਵੇਖ ਲਾ ਇਹਦੇ ਵੱਲ, 10 ਵਜੇ ਉੱਠ ਕੇ ਤੇ ਇਹਨੇ ਮਸ਼ੀਨ ਲਾਈ ਆ, ਤੇ ਰੋਟੀ ਟੋਕ ਇਹਨੇ ਕਦੋਂ ਕਰਨਾ ਵਾ? ਕੋਈ ਹਾਲ ਨਹੀਂ ਇਹਦਾ। ਨਹੀਂ, ਕਿੰਨਾ ਕੁ ਰਹਿ ਗਿਆ ਤੇਰਾ ਕੱਪੜਿਆਂ ਦਾ ਕੰਮ? ਹੋਰ ਕਿੰਨਾ ਕੁ ਟਾਈਮ ਲੱਗਣਾ ਆ? ਮੰਮੀ ਜੀ, ਬਸ 2 ਕਪੂਰ ਰਹਿ ਗਏ ਕੱਪੜਿਆਂ ਦੇ। ਮੈਂ ਸੋਚਿਆ ਜਿੰਨੀ ਦੇਰ ਮਸ਼ੀਨ ਨੂੰ ਗੇੜਾ ਆਉਣਾ ਵਾ, ਮੈਂ ਜਾ ਕੇ ਸਬਜ਼ੀ ਕਾਟਾਵਾਂ। ਤੂੰ ਸਬਜ਼ੀ ਅੰਦਰੋਂ ਲਿਆ ਕੇ ਤੇ ਮੈਨੂੰ ਫੜਾ ਦੇ, ਮੈਂ ਤੈਨੂੰ ਕੱਟ ਦਿੰਦੀ ਹਾਂ, ਅਤੇ ਤੂੰ ਫਟਾਫਟ ਜਾ ਕੇ ਤੇ ਕੱਪੜੇ ਧੋ ਲਾ। ਮੁੜ ਕੇ ਹਰਕਿਰਤ ਸਕੂਲੋਂ ਆ ਗਿਆ ਨਾ, ਉਹਨੇ ਤੈਨੂੰ ਕੁਝ ਨਹੀਂ ਕਰਨ ਦੇਣਾ। ਠੀਕ ਹੈ ਮੰਮੀ ਜੀ। ਨਾਲੇ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵੀ ਤੂੰ ਟਾਈਮ ਸਿਰ ਕੱਪੜੇ ਧੋ ਲਿਆ ਕਰ, ਹੁਣ ਤੇ ਤੂੰ ਮਸ਼ੀਨ ਲਾਈ ਆ, ਫਿਰ ਵੇਲਾ ਕਵੇਲਾ ਤੇ ਹੋਣਾ ਹੀ ਆ। ਮੰਮੀ ਜੀ, ਕਿੰਨੇ ਕੁ ਟਾਈਮ ਨਾਲ ਮਸ਼ੀਨ ਲਾ ਲੈਂਦੀ? ਤੁਹਾਨੂੰ ਵੀ ਪਤਾ ਵਾ, ਪਹਿਲਾਂ ਹਰਕਿਰਤ ਨੂੰ ਸਕੂਲ ਭੇਜਦੀ ਹਾਂ, ਫਿਰ ਨਾਗ ਨੂੰ ਭੇਜਦੀ ਹਾਂ, ਫਿਰ ਝਾੜੂ ਪੋਚਾ ਕਰਦੀ ਹਾਂ, ਫਿਰ ਹੀ ਹੋਰ ਕੰਮਾਂ ਵੱਲ ਹੋਇਆ ਜਾਂਦਾ ਵਾ। ਚੱਲ ਕੋਈ ਗੱਲ ਨਹੀਂ, ਜਾ ਸਬਜ਼ੀ ਲਿਆ ਕੇ ਮੈਨੂੰ ਫੜਾ ਅਤੇ ਮੈਂ ਤੈਨੂੰ ਕੱਟ ਦੇਣੀ ਆ, ਨਾਲੇ ਜਰਾ ਛੇਤੀ ਹੱਥ ਚਲਾਈ, ਕੱਪੜੇ ਧੋ ਕੇ ਅਤੇ ਫਿਰ ਤੂੰ ਅਜੇ ਰੋਟੀਆਂ ਵੀ ਪਕਾਉਣੀਆਂ ਆ। ਚਲੋ ਠੀਕ ਹੈ ਮੰਮੀ ਜੀ। ਹਲੋ ਮੰਮੀ ਜੀ, ਸਬਜ਼ੀ ਲਿਆ ਫੜਾ ਅਤੇ ਜਾ ਜਾ ਕੇ ਮਸ਼ੀਨ 'ਚ ਕੱਪੜੇ ਵੇਖ ਲਾ। ਚਲੋ ਠੀਕ ਹੈ। ਆਹ ਵੇਖ ਲਾ ਅੱਜ ਕੱਲ੍ਹ ਦੀਆਂ ਦਾ ਹਾਲ, ਇਹਨਾਂ ਇਕੱਲੀਆਂ ਕੋਲ ਘਰ ਕਿੱਥੇ ਸਾਂਭੇ ਜਾਂਦੇ ਆ? ਜੇ ਮੈਂ ਨਾ ਹੋਵਾਂ, ਇਹ ਤਾਂ ਮੁੰਡੇ ਨੂੰ ਇਕੱਲੀ ਰੋਟੀ ਨਹੀਂ ਪਾ ਕੇ ਦੇ ਸਕਦੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਮੰਮੀ ਜੀ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਸੁਣਾ ਕੀ ਹਾਲ ਆ? ਵਧੀਆ ਮੰਮੀ ਜੀ, ਤੁਸੀਂ ਦੱਸੋ ਕੀ ਕਰਨ ਡੇ ਜੀ? ਕਰਨਾ ਕੀ ਆ ਪੁੱਤ, ਸਬਜ਼ੀ ਫੜਾ ਕੇ ਗਈ ਹੈ ਤੇਰੀ ਭਰਜਾਈ, ਵੀ ਕੱਟ ਦੇ, ਉਹ ਕੱਟਣ ਡਈ ਆ। ਮੰਮੀ 10-11 ਵੱਜ ਗਏ ਆ, ਕਦੋਂ ਸਬਜ਼ੀ ਕੱਟੋਗੇ ਤੇ ਕਦੋਂ ਧਰੋਗੇ, ਕਦੋਂ ਰੋਟੀਆਂ ਲਾਓਗੇ ਤੁਸੀਂ? ਪੁੱਤ, ਸਾਡੇ ਘਰ ਦਾ ਤਾਂ ਇਹੋ ਹਾਲ ਆ, ਜਦੋਂ ਦੀ ਤੇਰੀ ਭਰਜਾਈ ਆਈ ਆ, ਇਹਦੇ ਰਾਤ 'ਚ ਤਾਂ ਆਪਾਂ 2-2 ਵਜੇ ਰੋਟੀ ਖਾਂਦੇ ਹਾਂ, ਆਹ 12 ਵੱਜ ਚੱਲੇ ਆ, ਅਤੇ ਹੁਣ ਮੈਡਮ ਨੇ ਮਸ਼ੀਨ ਲਾਈ ਆ, ਕਦੋਂ ਕੱਪੜੇ ਧੋਣਗੇ ਅਤੇ ਕਦੋਂ ਆਪਾਂ ਰੋਟੀ ਖਾਵਾਂਗੇ? ਮੰਮੀ, ਭਾਬੀ ਨੂੰ ਤੁਸੀਂ ਟਾਈਮ ਸਿਰ ਉੱਠਣ ਵਾਸਤੇ ਕਿਹਾ ਕਰੋ, ਆ ਮੇਰੇ ਵੱਲ ਵੇਖ ਲਓ, ਟਾਈਮ ਸਿਰ ਕੰਮ ਕਰਕੇ ਵਿਹਲੀ ਹੋ ਕੇ ਫਿਰ ਫੋਨ ਲਾਇਆ ਤੁਹਾਨੂੰ। ਪੁੱਤ, ਤੇਰੇ ਵਰਗਾ ਸਚਿਆਰਾ ਤਾਂ ਕੋਈ ਹੋ ਹੀ ਨਹੀਂ ਸਕਦਾ, ਬਸ ਜਿੱਦਾਂ ਚੱਲੀ ਜਾਂਦਾ ਉੱਦਾਂ ਹੀ ਚੱਲੀ ਜਾਂਦੇ ਨੇ ਆ। ਮੰਮੀ, ਫਿਰ ਤਾਂ ਔਖਾ ਹੀ ਆ, ਕਿੰਨੇ ਕੁ ਦਿਨ ਇਸ ਤਰ੍ਹਾਂ ਚੱਲੂਗਾ? ਪੁੱਤ, ਜਿੰਨਾ ਚਿਰ ਜਿਉਂਦੀ ਆ ਉਨਾ ਚਿਰ ਤਾਂ ਚੱਲੂਗਾ, ਬਾਅਦ 'ਚ ਆਪਣੀਆਂ ਬਾਂਦੀਆਂ ਆਪੇ ਨਿਬੇੜ ਲੈਣਗੇ। ਚਲੋ ਮੰਮੀ, ਠੀਕ ਹੈ, ਮੈਂ ਰੱਖਦੀ ਹਾਂ ਫੋਨ, ਕਰ ਲਓ ਤੁਸੀਂ ਆਪਣਾ ਕੰਮ, ਨਹੀਂ ਤਾਂ ਭਾਬੀ ਨੂੰ ਲੱਗਣਾ ਹੈ ਮੰਮੀ ਆਪਣੀ ਧੀ ਨਾਲ ਮੇਰੀਆਂ ਚੁਗਲੀਆਂ ਕਰਨ ਡਈ ਆ। ਚੱਲ ਠੀਕ ਹੈ ਪੁੱਤ, ਮੈਂ ਸਬਜ਼ੀ ਕੱਟ ਕੇ ਫ੍ਰੀ ਹੋ ਕੇ ਅਤੇ ਫਿਰ ਤੈਨੂੰ ਲਾਵਾਂਗੀ ਫੋਨ। ਚੰਗਾ ਮੰਮੀ। ਚੱਲ, ਕੱਪੜਿਆਂ ਦਾ ਕੰਮ ਮੁੱਕ ਗਿਆ ਵਾ, ਪਾਣੀ ਪੀ ਕੇ ਪਸੀਨਾ ਸੁਕਾ ਕੇ ਫਿਰ ਰੋਟੀ ਪਾਣੀ ਕਰਦੀ ਹਾਂ। ਕਿਰਨ, ਆ ਲੈ ਸਬਜ਼ੀ ਅੰਦਰ ਲੈ ਜਾ ਅਤੇ ਇਹਨੂੰ ਜਾ ਕੇ ਤੜਕਾ ਲਾ ਦੇ। ਮੰਮੀ, ਲਾ ਦਿੰਦੀ ਹਾਂ, ਮੈਨੂੰ 1 ਮਿੰਟ ਪਸੀਨਾ ਸੁਕਾ ਲਾ ਦਿਓ। ਨਹੀਂ, ਇਹ ਕਿੱਦਾਂ ਦੀ ਗੱਲ ਹੋਈ, ਪਹਿਲਾਂ ਤੈਨੂੰ ਕੰਮ ਕਰਨ ਲਈ ਟਾਈਮ ਚਾਹੀਦਾ, ਫਿਰ ਤੈਨੂੰ ਪਸੀਨਾ ਸੁਕਾਉਣ ਲਈ ਵੀ ਟਾਈਮ ਚਾਹੀਦਾ, ਜੇ ਤੂੰ ਇੱਦਾਂ ਹੀ ਕਰਦੀ ਰਹੀ ਫਿਰ ਤਾਂ ਅਸੀਂ ਸਾਰਾ ਟੱਬਰ ਰੋਟੀ ਤੋਂ ਹੀ ਭੁੱਖੇ ਬੈਠੇ ਰਹਾਂਗੇ। ਤੂੰ ਬਹਿ ਕੇ ਬਸ ਪਸੀਨਾ ਹੀ ਸੁਕਾ, ਤੜਕਾ ਮੈਂ ਆਪੇ ਲਾ ਲੈਂਦੀ ਹਾਂ। ਰਹਿਣ ਦੇ ਮੰਮੀ ਜੀ, ਲਿਆਓ ਮੈਂ ਲਾ ਲੈਂਦੀ ਹਾਂ। ਰਹਿਣ ਦੇ ਰਹਿਣ ਦੇ, ਜਾ ਤੂੰ ਅੰਦਰ ਜਾ ਕੇ ਹੋਰ ਕੋਈ ਕੰਮ ਕਰ ਲਾ, ਤੜਕਾ ਮੈਂ ਆਪੇ ਲਾ ਲੈਂਦੀ ਹਾਂ। ਚਲੋ ਠੀਕ ਹੈ ਮੰਮੀ ਜੀ। ਵੇਖਿਆ ਕਿੱਦਾਂ ਕੰਮ ਤੋਂ ਟਲਦੀ ਆ, ਮੈਂ ਤੈਨੂੰ ਉੱਤੋਂ ਉੱਤੋਂ ਹੀ ਆਖਿਆ ਸੀ ਵੀ ਮੈਂ ਸਬਜ਼ੀ ਨੂੰ ਆਪੇ ਤੜਕਾ ਲਾ ਲੈਂਦੀ ਹਾਂ, ਅਤੇ ਕਿੱਦਾਂ ਠੀਕ ਆ ਮੰਮੀ ਜੀ ਕਹਿ ਕੇ ਤਾਂ ਉਹ ਗਈ ਆ। ਕਿਰਨ, ਅੱਜ ਸਬਜ਼ੀ ਕਿਹਨੇ ਬਣਾਈ ਆ? ਮੇਰੇ ਕੋਲ ਬਦੋ ਬਦੀ 2 ਰੋਟੀਆਂ ਵੱਧ ਖਾਧੀਆਂ ਗਈਆਂ ਆ। ਨਾ ਵਾ, ਅੱਜ ਤਾਂ ਖਾਧੀਆਂ ਜਾਣੀਆਂ ਸੀ,
ਕਿਉਂਕਿ ਸਬਜ਼ੀ ਮੰਮੀ ਜੀ ਨੇ ਬਣਾਈ ਹੈ। ਅੱਛਾ, ਤਾਂ ਹੀ ਮੈਂ ਕਹਾਂ ਵੀ ਸਬਜ਼ੀ ਦੇ ਵਿੱਚ ਅੱਜ ਕੁਝ ਨਾ ਕੁਝ ਟੇਸਟ ਤੇ ਅਲੱਗ ਜ਼ਰੂਰ ਹੈਗਾ ਆ। ਵੇਖ ਲਾ ਕਿਰਨ, ਹਰ ਕਿੱਦਾਂ ਨਾ ਆਪ ਆਪਣਾ ਤਰੀਕਾ ਹੁੰਦਾ ਸਬਜ਼ੀ ਬਣਾਉਂਦਾ, ਤੇ ਤੂੰ ਵੀ ਮਾੜਾ ਮੋਟਾ ਨਾ ਮੰਮੀ ਕੋਲੋਂ ਸਬਜ਼ੀ ਬਣਾਉਣ ਦਾ ਤਰੀਕਾ ਸਿੱਖ ਲਾ। ਕਿਉਂ ਮੰਮੀ ਜੀ, ਸਿਖਾ ਦਿਓ ਆਪਣੀ ਨੂੰਹ ਨੂੰ ਮਾੜੀ ਮੋਟੀ ਸਬਜ਼ੀ ਬਣਾਉਣੀ ਤੁਸੀਂ ਵੀ। ਵੇ ਐਵੇਂ ਨਾ ਤੂੰ ਇਹਨੂੰ ਕਹੀ ਜਾਇਆ ਕਰ, ਇਹ ਕਿਹੜੀ ਚੀਜ਼ ਮਾੜੀ ਬਣਾਉਂਦੀ ਆ, ਉਹ ਤੇ ਲੀੜੇ ਕੱਪੜੇ ਧੋਣ 'ਚ ਲੱਗੀ ਸੀ ਤੇ ਮੈਂ ਸੋਚਿਆ ਵੀ ਮੈਂ ਦਾਲ ਸਬਜ਼ੀ ਬਣਾ ਲੈਂਦੀ ਹਾਂ ਤੇ ਤੂੰ ਰੈਸਟ ਕਰ ਲਾ। ਚਲੋ ਮੰਮੀ, ਰਲ ਮਿਲ ਕੇ ਰਹਿਣ ਦੇ ਵਿੱਚ ਹੀ ਫਾਇਦਾ ਆ, ਨਾਲੇ ਜਿਹੜੇ ਘਰ ਦੇ ਵਿੱਚ ਨੂੰਹ ਸੱਸ ਰਲ ਕੇ ਰਹਿੰਦੀਆਂ ਨਾ, ਉਹ ਤੇ ਘਰ ਹੀ ਸਵਰਗ ਬਣ ਜਾਂਦਾ ਆ। ਹਾਂਜੀ ਨਵ, ਮੰਮੀ ਤੇ ਮੈਨੂੰ ਧੀ ਬਣਾ ਕੇ ਰੱਖਦੇ ਆ। ਠੀਕ ਆ। ਵੀ ਪੁੱਤ, ਮੇਰੀ ਕਿਹੜੀ ਕੋਈ ਆਪਣੀ ਧੀ ਆ, ਮੈਂ ਤੇ ਇਹਨੂੰ ਹੀ ਧੀ ਬਣਾ ਕੇ ਰੱਖਣਾ ਆ। ਹਾਂਜੀ ਮੰਮੀ, ਇਹ ਗੱਲ ਤੇ ਸਹੀ ਆ ਤੁਹਾਡੇ ਵਾਲੀ। ਚੱਲ ਕਿਰਨ, ਤੂੰ ਭਾਂਡੇ ਚੁੱਕ ਕੇ ਲੈ ਜਾ ਤੇ ਮੈਂ ਕਿਹੜੀ ਰੈਸਟ ਕਰਨ ਲੱਗਾ ਆ, ਮੈਨੂੰ ਫੇਰ ਜਾਣਾ ਪੈਣਾ ਦੁਬਾਰਾ। ਚਲੋ ਠੀਕ ਆ ਨਾ। ਹਾਂ ਵੇਖ ਕਿੱਦਾਂ ਮਿੱਠੇ ਪੋਚੇ ਲਾਉਂਦੀ ਸੀ ਮੁੰਡੇ ਨੂੰ। ਕੋਈ ਗੱਲ ਨਹੀਂ, ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲਾ, ਪੁੱਤ ਤੇ ਉਹਨੇ ਮੇਰਾ ਹੀ ਰਹਿਣਾ ਆ। ਹਰਕਿਰਤ ਪੁੱਤ ਉੱਠ, ਤੇਰੀ ਬੱਸ ਲੰਘ ਜਾਣੀ ਆ, ਉੱਠ ਉੱਠ ਉੱਠ। ਚੱਲ ਕਿਰਨ, ਅਜੇ ਤੱਕ ਉੱਠਿਆ ਨਹੀਂ ਹਰਕਿਰਤ। ਨਵ, ਤੁਹਾਡੇ ਸਾਹਮਣੇ ਮੈਂ ਕਦੋਂ ਦਾ ਠਾ ਲੈਂਦੀ ਆ, ਉੱਠਦਾ ਹੀ ਨਹੀਂ ਆ, ਉੱਠਦਾ ਤੇ ਫੇਰ ਸੌਂ ਜਾਂਦਾ ਵਾ। ਤੂੰ ਇੱਦਾਂ ਕਰ, ਜਾ ਕੇ ਇਹਦਾ ਟਿਫਨ ਤਿਆਰ ਕਰ ਤੇ ਮੈਂ ਉਠਾਉਣਾ ਇਹਨੂੰ। ਚਲੋ ਠੀਕ ਆ ਨਵ, ਮੈਂ ਇਹਦੀਆਂ ਪਰੌਂਠੀਆਂ ਲਾ ਦਿੰਦੀ ਹਾਂ। ਚੱਲ ਜਾ, ਛੇਤੀ ਮਾਰੀ ਮਾੜਾ ਜਿਹਾ ਹੱਥ। ਚਲੋ ਠੀਕ ਹੈ। ਹਰਕਿਰਤ ਉੱਠੋ ਬਹੁ, ਸਕੂਲ ਦਾ ਟਾਈਮ ਹੋ ਗਿਆ ਹੈ। ਕਿਰਨ ਉੱਠਿਆ ਨਹੀਂ ਹਰਕਿਰਤ ਅਜੇ ਤੱਕ। ਮੰਮੀ ਨਵ ਨੂੰ ਉਠਾ ਲੈਂਦੇ ਆ ਤੇ ਮੈਂ ਉਹਦੀ ਪਰੌਂਠੀ ਬਣਾਉਣ ਚੱਲੀ ਹਾਂ। ਉਹਨੇ ਨਵ ਕੋ ਕਿੱਥੇ ਉੱਠਣਾ ਵਾ, ਜਾ ਕੇ ਉਹਨੂੰ ਆਪ ਠਾਲ ਤੇ ਹਰਕਿਰਤ ਦੀ ਪਰੌਂਠੀ ਮੈਂ ਬਣਾ ਦਿੰਦੀ ਹਾਂ। ਕੋਈ ਗੱਲ ਨਹੀਂ ਮੰਮੀ, ਇੱਕ ਤੇ ਪਰੌਂਠੀ ਬਣਾਉਣੀ ਆ, ਕਿੰਨਾ ਕੁ ਟਾਈਮ ਲੱਗਣਾ ਵਾ, ਮੈਂ ਆਪੇ ਬਣਾ ਦਿੰਦੀ ਹਾਂ। ਪੁੱਤ, ਜ਼ਿਆਦਾ ਟਾਈਮ ਨਹੀਂ ਲੱਗਣਾ, ਤਾਂ ਹੀ ਤੇ ਮੈਂ ਕਹਿਣ ਡਈ ਹਾਂ ਵੀ ਜਾ ਤੂੰ ਜਾ ਕੇ ਉਹਨੂੰ ਠਾਲ ਤੇ ਮੈਂ ਉਹਦੀ ਪਰੌਂਠੀ ਬਣਾ ਦਿੰਦੀ ਹਾਂ। ਚਲੋ ਠੀਕ ਹੈ ਮੰਮੀ ਜੀ। ਹਰਕਿਰਤ ਪੁੱਤ, ਆ ਲੈ ਮੈਂ ਤੇਰਾ ਟਿਫਨ ਤਿਆਰ ਕਰਤਾ ਵਾ, ਤੇ ਛੇਤੀ ਸਕੂਲੇ ਜਾ ਤੇ ਛੇਤੀ ਆ ਜੀ। ਠੀਕ ਹੈ ਦਾਦੀ। ਕਿਰਨ, ਤੂੰ ਇਹਨੂੰ ਤਿਆਰ ਕਰ ਦੇ ਤੇ ਮੈਂ ਰਸੋਈ 'ਚ ਭਾਂਡੇ ਪਏ ਆ, ਚਾਰ ਕੇ ਤੇ ਮਾਂਜ ਦੇਣੀ ਆ। ਨਹੀਂ ਨਹੀਂ ਮੰਮੀ, ਭਾਂਡੇ ਤੁਸੀਂ ਰਹਿਣ ਦਿਓ, ਮੈਂ ਆਪੇ ਮਾਂਜ ਲੈਣੇ ਆ, ਤੁਸੀਂ ਬਹਿ ਜਾਓ। ਹਾਂਜੀ ਮੰਮੀ, ਤੁਸੀਂ ਨੂੰਹ ਤੋਂ ਸੇਵਾ ਕਰਾਓ, ਤੁਸੀਂ ਆਪ ਹੀ ਤੇ ਕਹਿੰਦੇ ਜੇ ਮੈਂ ਨੂੰਹ ਤੋਂ ਸੇਵਾ ਕਰਾਉਣੀ ਆ, ਫਿਰ ਤੁਸੀਂ ਆਪ ਹੀ ਕੰਮ ਕਰਨ ਲੱਗੇ ਰਹਿੰਦੇ ਜੇ। ਲੈ ਦੱਸ ਪੁੱਤ, ਘਰ ਦੇ ਕੰਮ ਆ, ਇਹਨੇ ਕਰ ਲਿਆ ਚਾਹੇ ਮੈਂ ਕਰ ਲਿਆ, ਗੱਲ ਤਾਂ ਇੱਕ ਹੀ ਆ। ਨਹੀਂ ਮੰਮੀ, ਜੇ ਤੁਸੀਂ ਕੰਮ ਕਰਨਾ ਹੀ ਹੈ ਨਾ ਤੇ ਆਪਣੇ ਪੋਤੇ ਨਾਲ ਖੇਡੋ ਤੇ ਇਹਨੂੰ ਤਿਆਰ ਕਰੋ, ਬਾਕੀ ਕੰਮ ਮੈਂ ਆਪੇ ਵੇਖ ਲਾਂਗੀ। ਨਹੀਂ ਕਿਰਨ, ਤੂੰ ਇਹਨੂੰ ਆਪੇ ਹੀ ਤਿਆਰ ਕਰ ਲਾ, ਇਹਨੇ ਮੇਰੇ ਕੋਲ ਕਿੱਥੇ ਕਾਬੂ ਆਉਣਾ ਵਾ, ਬਾਕੀ ਕੰਮ ਮੈਂ ਵੇਖ ਲੈਂਦੀ ਹਾਂ। ਚਲੋ ਠੀਕ ਹੈ ਮੰਮੀ। ਨਵ, ਮੰਮੀ ਤਾਂ ਟਾਈਮ ਨਹੀਂ ਹਟਦੇ ਕੰਮ ਕਰਨ। ਉਹ ਚੱਲ ਕੋਈ ਗੱਲ ਨਹੀਂ, ਜਿੱਦਾਂ ਮੰਮੀ ਨੂੰ ਠੀਕ ਲੱਗਦਾ ਆ ਤੂੰ ਉਦਾਂ ਉਹਨਾਂ ਨੂੰ ਕਰ ਲੈਂਦੇ, ਬਾਕੀ ਬੰਦਾ ਤੁਰਦਾ ਫਿਰਦਾ ਰਹੇ ਤੇ ਉਹਦਾ ਸਰੀਰ ਵੀ ਸੈੱਟ ਰਹਿੰਦਾ ਆ। ਹਾਂਜੀ ਨਵ, ਨਵ ਮੈਨੂੰ ਲੱਗਦਾ ਮੈਂ ਕੋਈ ਚੰਗੇ ਕਰਮ ਕੀਤੇ ਆ, ਜਿਹੜੇ ਮੈਨੂੰ ਇੱਕ ਮਾਂ ਛੱਡ ਕੇ ਦੂਜੇ ਘਰ ਵੀ ਮਾਂ ਹੀ ਮਿਲੀ ਆ। ਉਹ ਚੱਲ ਛੱਡਦੇ ਹੁਣ ਇਹਨਾਂ ਗੱਲਾਂ ਨੂੰ ਤੇ ਟਾਈਮ ਵੇਖ ਲਾ ਕਿੰਨਾ ਹੋ ਗਿਆ ਆ, ਮਿੰਟੋ ਮਿੰਟ ਹਰਕਿਰਤ ਨੂੰ ਤਿਆਰ ਕਰਨੀ ਤੇ ਬੱਸ ਲੰਘ ਜਾਣੀ ਇਹਦੀ। ਹਾਂਜੀ ਨਵ। ਹਾਂ ਹਰਕਿਰਤ, ਕੇਸ ਕੀ ਮੰਮਾ ਕੋ ਬਣਾਉਣੀ ਆ ਕਿ ਮੇਰੇ ਕੋ? ਪਾਪਾ ਕੋ ਬਣਾਉਣੀ ਆ। ਚੱਲ ਲਿਆ ਮੈਂ ਬੰਨ ਦਿੰਦਾ ਆ, ਤੇ ਕਿਰਨ ਤੂੰ ਇਹਦੇ ਬੈਗ 'ਚ ਕਾਪੀਆਂ ਕੂਪੀਆਂ ਵੇਖ ਲਾ, ਠੀਕ ਹੈ ਪੂਰੀਆਂ ਹੀ ਆ। ਚਲੋ ਠੀਕ ਹੈ। ਪਤਾ ਨਹੀਂ ਮੈਂ ਕਿਹੜੇ ਮਾੜੇ ਕਰਮ ਕੀਤੇ ਆ, ਜਿਹੜੀ ਮੈਨੂੰ ਰੱਬ ਨੇ ਇੱਦਾਂ ਦੀ ਨੂੰਹ ਦਿੱਤੀ ਆ, ਲੋਕਾਂ ਦੀਆਂ ਨੂੰਹਾਂ ਸੱਸਾਂ ਦੇ ਹੱਥੋਂ ਖੋ ਖੋ ਕੇ ਕੰਮ ਕਰਦੀਆਂ ਵਾਂ, ਇਹਨੇ ਆਪ 'ਤੇ ਕੀ ਕਰਨਾ ਵਾ, ਇਹ ਮੇਰੇ ਕੋਲੋਂ ਕਰਵਾਉਂਦੀ ਆ।
ਕੁੜੀ ਨੂੰ ਫੋਨ ਲਾ ਕੇ ਤੇ ਦੱਸਦੀ ਆ ਵੀ ਇੱਥੇ ਮੇਰੇ ਨਾਲ ਆ ਕੁਝ ਹੁੰਦਾ ਵਾ। ਮੁੰਡਾ ਤੇ ਵਿਆਹਿਆ ਸੀ ਮੈਂ ਸੁੱਖ ਲੈਣ ਵਾਸਤੇ, ਪਰ ਮੈਨੂੰ ਕੀ ਪਤਾ ਸੀ ਵੀ ਇੱਥੇ ਸਾਰੀ ਉਮਰ ਮੈਨੂੰ ਹੀ ਖਪਣਾ ਪੈਣਾ ਆ। ਮੰਮੀ ਦਾ ਫੋਨ? ਹਾਂਜੀ ਮੰਮੀ, ਠੀਕ ਠਾਕ ਜੇ? ਪੁੱਤ ਕਾਹਦੀ ਠੀਕ ਹੋਣਾ ਮੈਂ, ਵੇਖ ਲਾ ਆਪਣੀ ਭਰਜਾਈ ਵੱਲ। ਉਹਦੇ ਕੋਲ ਤਾਂ ਮੁੰਡੇ ਨੂੰ ਇੱਕ ਪਰੌਂਠਾ ਨਹੀਂ ਪਕਾ ਕੇ ਦਿੱਤਾ ਜਾਂਦਾ, ਉਹ ਵੀ ਮੈਂ ਪਕਾ ਕੇ ਦਿੰਦੀ ਹਾਂ ਅਤੇ ਫਿਰ ਸਕੂਲ ਤੋਰਦੀ ਆ ਉਹਨੂੰ। ਮੰਮੀ ਇਹ ਕੀ ਗੱਲ ਹੋਈ, ਤੁਸੀਂ ਕਿਉਂ ਪਰੌਂਠੇ ਪਕਾ ਕੇ ਦਿੰਦੇ ਜੇ? ਆਹ ਤੁਹਾਡੀ ਉਮਰ ਆ ਕੰਮ ਕਰਨ ਦੀ, ਇਹ ਪਕਾਏ ਜਾਂ ਨਾ ਪਕਾਏ? ਪੁੱਤ ਇਸੇ ਗੱਲ ਦੀ ਤਾਂ ਮੈਨੂੰ ਸਮਝ ਨਹੀਂ ਆਉਂਦੀ, ਸਾਰਾ ਦਿਨ ਮੈਨੂੰ ਕੰਮੀ ਲਾਈ ਰੱਖਦੀ ਆ, ਆਪ ਤਾਂ ਏਸੀ ਥੱਲੇ ਬਹਿ ਕੇ ਮੁੰਡੇ ਨੂੰ ਤਿਆਰ ਕਰਦੀ ਆ ਅਤੇ ਸਾਰਾ ਦਿਨ ਮੇਰੇ ਕੋਲ ਭਾਂਡੇ ਮਚਾਉਂਦੀ ਰਹਿੰਦੀ ਆ। ਮੰਮੀ ਇਹ ਗਲਤ ਗੱਲ ਆ, ਵੀਰ ਕੁਛ ਨਹੀਂ ਕਹਿੰਦਾ ਭਾਬੀ ਨੂੰ। ਨਹੀਂ ਜੇ ਉਹ ਕਿਰਨ ਨੂੰ ਕੁਝ ਕਹਿੰਦਾ ਹੁੰਦਾ ਨਾ, ਫਿਰ ਮੈਂ ਇੰਨੀ ਔਖੀ ਥੋੜ੍ਹਾ ਹੋਣਾ ਸੀ, ਉਹਨਾਂ ਹੀ ਤਾਂ ਸਿਰ 'ਤੇ ਬਿਠਾ ਰੱਖੀ ਆ। ਕੋਈ ਨਹੀਂ ਮੰਮੀ, ਮੈਂ ਕਰਨੀ ਹੈ ਵੀਰ ਨਾਲ ਗੱਲ, ਤੁਸੀਂ ਇੱਦਾਂ ਕਰਦੇ ਜੇ ਮੇਰੀ ਮਾਂ ਨਾਲ। ਨਹੀਂ ਪੁੱਤ ਰਹਿਣ ਦੇ, ਤੂੰ ਤੂੰ ਕਾਹਨੂੰ ਮਾੜੀ ਬਣਨਾ ਇਹਨਾਂ ਦੀਆਂ ਨਜ਼ਰਾਂ 'ਚ। ਨਾਲੇ ਕੰਮ ਦਾ ਕੀ ਆ, ਜਿੰਨੇ ਵੇਖਿਆ ਉਹਨੇ ਹੀ ਕਰ ਲਿਆ। ਚੱਲ ਪੁੱਤ ਮੈਂ ਫੋਨ ਕੱਟਦੀ ਹਾਂ, ਤੂੰ ਤਾਂ ਸਾਰਾ ਦਿਨ ਮੈਨੂੰ ਗੱਲਾਂ 'ਚ ਹੀ ਲਾਈ ਰੱਖਦੀ ਹਾਂ। ਚਲੋ ਠੀਕ ਹੈ ਮੰਮੀ। ਵੇ ਪੁੱਤ ਇੱਥੇ ਕੀ ਕਰਨ ਡਿਆ, ਚਾਹੀਦਾ ਕੁਝ? ਉਹ ਮੰਮੀ ਪਲਾਸ ਲੱਭਣ ਡਿਆ, ਉਹ ਨਹੀਂ ਲੱਭਣ ਡਿਆ ਮੈਨੂੰ, ਤਾਰ ਟੁੱਟੀ ਸੀ ਇੱਕ ਤਾਂ ਮੈਂ ਜੋੜ ਲਾ ਉਹਨੂੰ ਮੈਂ ਜਾ ਕੇ। ਪੁੱਤ ਬਾਥਰੂਮ ਦੀ ਕੰਧ 'ਤੇ ਪਿਆ ਸੀ, ਮੈਂ ਉੱਥੇ ਕੱਲ੍ਹ ਵੇਖਿਆ ਸੀ ਪਿਆ, ਜਾ ਲੱਲਾ ਜਾ ਕੇ। ਚਲੋ ਠੀਕ ਆ ਮੰਮੀ। ਚੱਲ ਸ਼ੁਕਰ ਆ ਜਿਹੜਾ ਮੈਂ ਟਾਈਮ ਸਿਰ ਫੋਨ ਕੱਟਤਾ, ਜੇ ਨਾਲ ਸੁਣ ਲੈਂਦਾ ਤਾਂ ਉਹਨੇ ਮੇਰੇ ਬਾਰੇ ਕੀ ਸੋਚਣਾ ਸੀ। ਉੱਤੋਂ ਮੈਨੂੰ ਕਿਰਨ ਨੇ ਬੜਾ ਦੁਖੀ ਕੀਤਾ ਵਾ, ਇਹਨੂੰ ਤਾਂ ਇਹ ਹੁੰਦਾ ਵੀ ਮੰਮੀ ਸਾਰਾ ਦਿਨ ਕੰਮ ਲੱਗੀ ਰਹੇ ਅਤੇ ਮੈਂ ਵਿਹਲੀ ਏਸੀ ਥੱਲੇ ਬੈਠੀ ਰਹਾਂ। ਕੋਈ ਗੱਲ ਨਹੀਂ, ਕਰ ਲਾ ਜੋ ਤੂੰ ਕਰਨਾ ਆ, ਜੇ ਤੈਨੂੰ ਮੈਂ ਮੌਕਾ ਵੇਖ ਕੇ ਤਕਲੇ ਵਾਂਗਾ ਸਿੱਧੀ ਨਾ ਨਾ ਕਰਤਾ ਤਾਂ ਮੇਰਾ ਨਾਂ ਵੀ ਜਸਵਿੰਦਰ ਨੇ, ਵੇਖੀ ਜਾਈ ਹੁਣ ਤੂੰ ਮੈਂ ਕਰਨੀ ਕੀ ਆ।